ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵੀਰ ਸਿੰਘ ਸਿੱਧੂ। ਤੁਸੀਂ ਦੇਖ ਰਹੇ ਹੋ DFClive.com ਅਤੇ ਅੱਜ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਆਪਣੀ ਚੌਥੀ ਇੰਟਰਵਿਊ ਦੇ ਵਿੱਚ ਹਰਦੀਪ ਸਿੰਘ ਗੱਲ ਵੀਰ ਦੇ ਨਾਲ, ਜਿਨ੍ਹਾਂ ਨੂੰ ਪਿਆਰ ਨਾਲ ਸਾਰੇ ਵੀਰੇ ਹੈਪੀ ਵੀਰੇ ਦੇ ਨਾਮ ਨਾਲ ਵੀ ਜਾਣਦੇ ਆ, ਜਿਨ੍ਹਾਂ ਦਾ ਪਿੰਡ ਹੈ ਜੀ ਕੁੱਕਰੀ ਫੂਲਾ ਸਿੰਘ, ਜੋ ਕਿ ਡਿਸਟ੍ਰਿਕਟ ਮੋਗੇ ਦੇ ਵਿੱਚ ਪੈਂਦਾ ਹੈ। ਅਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਅਤੇ ਨਾਲ ਦੇ ਬੈਲ ਦੇ ਦਿੱਤੇ ਆਈਕਨ 'ਤੇ ਪ੍ਰੈਸ ਜ਼ਰੂਰ ਕਰਨਾ, ਜਿਸ ਤਾਂ ਕਿ ਜਦੋਂ ਵੀ ਸਾਡੀ ਕੋਈ ਲੇਟੈਸਟ ਵੀਡੀਓ ਅਪਲੋਡ ਹੋਊਗੀ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਆਟੋਮੈਟਿਕਲੀ ਸਭ ਤੋਂ ਪਹਿਲਾਂ ਪਹੁੰਚ ਸਕੇ। ਉਸ ਤੋਂ ਇਲਾਵਾ ਤੁਸੀਂ ਸਾਨੂੰ ਹੋਰ ਪਲੇਟਫਾਰਮਸ 'ਤੇ ਵੀ ਜ਼ਰੂਰ ਫੋਲੋ ਕਰਨਾ ਹੈ, ਜਿਵੇਂ ਕਿ ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ, ਅਤੇ ਉੱਥੇ ਤੁਸੀਂ ਸਾਨੂੰ ਡਾਇਰੈਕਟ ਮੈਸੇਜ ਵੀ ਕਰ ਸਕਦੇ ਹੋ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ। ਤਾਂ ਸੋ ਜ਼ਿਆਦਾ ਵਕਤ ਨਾ ਲੈਂਦੇ ਹੋਏ ਆ ਜਾਓ, ਚੱਲਦੇ ਹਾਂ ਜੀ ਹੈਪੀ ਵੀਰੇ ਦੇ ਘਰੇ। ਸੋ ਆਪਾਂ ਜੀ ਪਹੁੰਚ ਚੁੱਕੇ ਹਾਂ ਹਰਦੀਪ ਸਿੰਘ ਗਿੱਲ ਵੀਰੇ ਕੇ ਘਰੇ। ਤਾਂ ਆ ਜਾਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ, ਉਹਨਾਂ ਦੇ ਸਾਰੇ ਆਪਾਂ ਜਾਣੀ ਕਿ ਬੈਕਗਰਾਊਂਡ ਬਾਰੇ ਜਾਣਦੇ ਹਾਂ ਵੀ ਕਦੋਂ ਤੋਂ ਲੈ ਕੇ ਉਹਨਾਂ ਨੇ ਫੁੱਟਬਾਲ ਖੇਡਣਾ ਸਟਾਰਟ ਕੀਤਾ ਅਤੇ ਅੱਜ ਉਹ ਕਿੱਥੇ ਆ ਫੁੱਟਬਾਲ ਖੇਡ ਰਹੇ ਆ, ਕਿਹੜੇ ਲੈਵਲ 'ਤੇ ਫੁੱਟਬਾਲ ਖੇਡ ਰਹੇ ਆ ਅਤੇ ਕਿਹੜੇ ਲੈਵਲ ਤੋਂ ਉਹਨਾਂ ਨੇ ਸਟਾਰਟ ਕੀਤਾ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਵੀਰੇ। ਅਤੇ ਵੀਰੇ ਤੁਸੀਂ ਕਿੰਨੇ ਸਾਲ ਹੋ ਗਏ ਆਪਾਂ ਨੂੰ ਖੇਡਦਿਆਂ ਨੂੰ? ਮੈਨੂੰ ਵੀਰੇ ਹੋ ਗਏ 16-17 ਸਾਲ ਹੋ ਗਏ ਖੇਡਦੇ। ਠੀਕ ਹੈ ਵੀਰੇ। ਕਿੰਨੇ ਸਨ ਜੇ ਤੁਸੀਂ ਖੇਡਣਾ ਸਟਾਰਟ ਕੀਤਾ ਸੀ? ਮੈਂ ਵੀਰੇ 8th ਸ਼ੁਰੂ ਕਰਤਾ ਸੀਗਾ, ਪਰ ਉੱਦਾਂ ਇਹ ਸੀਗਾ ਵੀ ਮਤਲਬ ਫੁੱਟਬਾਲ ਵਗੈਰਾ ਨਹੀਂ ਹੁੰਦਾ ਸੀ ਉਦੋਂ ਸਾਡੇ ਕੋਲ, ਅਸੀਂ ਜਿਹੜੀ ਆਪਣੀ ਬਾਲ ਨਹੀਂ ਹੁੰਦੀ ਛੋਟੀ ਉਹਦੇ ਨਾਲ ਖੇਡਣਾ ਸਟਾਰਟ ਕੀਤਾ ਸੀ। ਠੀਕ ਹੈ ਵੀਰੇ। ਅਤੇ ਆਪਣੀ ਫੈਮਿਲੀ 'ਚ ਕੌਣ ਕੌਣ ਆ ਵੀਰੇ? ਫੈਮਿਲੀ 'ਚ ਵੀਰੇ ਮੇਰੇ ਇਲਾਵਾ ਹੈਗੇ ਆ ਮੰਮੀ ਪਾਪਾ, ਵਾਈਫ ਆ, ਦੋ ਬੇਟੀਆਂ ਮੇਰੇ। ਠੀਕ ਹੈ ਜੀ। ਅਤੇ ਕੀ ਕਰਦੇ ਜੀ? ਪਾਪਾ ਮੇਰੇ ਰਿਟਾਇਰ ਆ ਜੀ ਮੰਡੀ ਬੋਰਡ ਤੋਂ, ਅਤੇ ਮੰਮਾ ਉਹ ਹਾਊਸ ਵਾਈਫ ਹੀ ਆ, ਅਤੇ ਵਾਈਫ ਉਹ ਸੈਕਰਡ ਹਾਰਟ ਸਕੂਲ ਪੜ੍ਹਾਉਂਦੇ ਆ। ਹਾਂ, ਦੋ ਬੱਚੀਆਂ ਛੋਟੀਆਂ ਉਹ ਪੜ੍ਹਦੀਆਂ। ਉਹ ਕਿੰਨਵੀਂ ਕਲਾਸ 'ਚ ਪੜ੍ਹਦੀਆਂ ਜੀ? ਜਿਹੜੀ ਵੱਡੀ ਬੇਟੀ ਆ ਉਹ ਹੈਗੀ ਆ LKG 'ਚ, ਛੋਟੀ ਹਜੇ ਪ੍ਰੀ ਨਰਸਰੀ 'ਚ। ਅਤੇ ਕੀ ਨੇਮ ਆ ਜੀ ਦੋਨੇ ਬੇਟੀਆਂ ਦੇ? ਬੇਟੀ ਵੱਡੀ ਦਾ ਨਾਂ ਹੈਗਾ ਮਨਰੀਤ ਕੌਰ ਗਿੱਲ, ਛੋਟੀ ਦਾ ਨਿਮਰਤ ਕੌਰ ਗਿੱਲ। ਠੀਕ ਆ। ਅਤੇ ਵੀਰੇ ਜਦੋਂ ਤੁਸੀਂ ਪਹਿਲੀ ਵਾਰੀ ਫੁੱਟਬਾਲ ਖੇਡਣ ਨਾਲ ਸਟਾਰਟ ਕੀਤਾ ਸੀ, ਕਿਸੇ ਨੂੰ ਦੇਖ ਕੇ ਸਟਾਰਟ ਕੀਤਾ ਸੀ ਜਾਂ ਕਿਸੇ ਨੇ ਤੁਹਾਨੂੰ ਸੁਜੈਸਟ ਕੀਤਾ ਸੀ ਵੀ ਅੱਜ ਫੁੱਟਬਾਲ ਖੇਡਦੇ ਆ, ਵੀ ਕਿਹੜੇ ਵੀ ਪਿੰਡ 'ਚ ਖੇਡੇ ਜਾਂ ਪਹਿਲਾਂ ਸਕੂਲ 'ਚ? ਉਹਦੇ ਪਿੱਛੇ ਵੀਰੇ ਇੱਕ ਛੋਟੀ ਸਟੋਰੀ ਆ। ਮੈਂ ਜਦ ਮੈਂ ਪੜ੍ਹਿਆ ਮੈਣੇ ਸਕੂਲ 'ਚ, ਜਿਹੜਾ ਪ੍ਰਾਈਵੇਟ ਸਕੂਲ ਆ ਜਗਤ ਸਿੰਘ, ਉੱਥੇ ਨਾ ਸਾਡੇ ਸੀਨੀਅਰ ਹੁੰਦੇ ਸੀਗੇ, ਉਹ 'ਚ ਖੇਡ ਦਿੰਦੇ ਸੀਗੇ ਛੋਟੀ ਛੋਟੀ ਬਾਲ ਹੁੰਦੀ ਜਿਹੜੀ। ਮੈਂ ਸ਼ੁਰੂ ਤੋਂ ਕ੍ਰਿਕਟ ਖੇਡਦਾ ਰਿਹਾ ਪਹਿਲਾਂ, ਅਤੇ ਜਦੋਂ ਮੈਂ ਦੇਖਣਾ ਉਹਨਾਂ ਨੂੰ ਰਿਸੈਸ 'ਚ ਚੱਲ ਜਾਣਾ, ਮੈਂ ਸਾਈਡ 'ਤੇ ਬੈਠ ਜਾਣਾ, ਉਹਨਾਂ ਨੇ ਖੇਡ ਹੀ ਜਾਣਾ ਉਹਦੇ ਨਾਲ, ਅਤੇ ਮੈਂ ਲਗਾਤਾਰ ਹਫ਼ਤਾ ਦੇਖਦਾ ਰਿਹਾ ਉਹਨਾਂ ਨੂੰ। ਮੈਂ ਇੱਕ ਦਿਨ ਪੁੱਛਿਆ ਵੀ ਮੈਂ ਖੇਡ ਸਕਦਾ, ਉਹ ਕਹਿੰਦੇ ਵੀ ਹਾਂ ਖੇਡ ਲਾ। ਚਲੋ ਮੈਂ ਉਹਨਾਂ ਨਾਲ ਖੇਡਣਾ ਸ਼ੁਰੂ ਕਰਤਾ, ਜਿਹੜੇ ਮੇਰੇ ਕਲਾਸ ਵਾਲੇ ਸੀ ਉਹ ਮੇਰੇ ਨਾਲ ਬੋਲਣੋਂ ਹਟ ਗਏ ਵੀ ਤੂੰ ਉੱਧਰ ਚਲਿਆ ਗਿਆ ਸਾਡੀ ਕ੍ਰਿਕਟ ਛੱਡ ਕੇ। ਹੌਲੀ ਹੌਲੀ ਕਰਦੇ ਰਹੇ, 10th ਤੱਕ ਮੈਂ ਫੁੱਟਬਾਲ ਖੇਡਣਾ ਸ਼ੁਰੂ ਕਰਤਾ ਸੀ, ਮਤਲਬ 8th 'ਚ ਸ਼ੁਰੂ ਕੀਤਾ, 10th ਤੱਕ ਆ ਗਿਆ। 10th 'ਤੇ ਮਤਲਬ ਮੈਂ ਕਿਸੇ ਨੂੰ ਦੇਖ ਕੇ ਨਹੀਂ ਲੱਗਾ ਬਾਈ, ਮਤਲਬ ਕੋਈ ਟੋਟਲ ਜਿੰਨੇ ਮਿਲਦੇ ਉਹਨੂੰ ਦੇਖ ਕੇ ਮਾੜਾ ਮੋਟਾ ਚੱਲੀ ਗਿਆ ਕੰਮ। ਕੋਈ ਕੋਚ ਨਹੀਂ ਸੀ ਮੇਰਾ ਸ਼ੁਰੂ ਤੋਂ, ਮੈਂ ਸਿੱਧਾ ਬਾਲ ਨੂੰ ਫੜ ਕੇ ਬਸ ਮਾੜਾ ਮੋਟਾ ਕਰਕੇ ਬਸ। ਠੀਕ ਹੈ ਜੀ। ਯਾਨੀ ਕਿ ਤੁਸੀਂ ਸਕੂਲ 'ਚ ਖੇਡਣਾ ਸਟਾਰਟ ਕੀਤਾ, ਬਾਅਦ 'ਚ ਪਿੰਡ ਵੀ ਖੇਡਣ ਲੱਗੇ ਜੀ? ਪਿੰਡ ਵੀਰੇ ਉਦੋਂ ਟੀਮ ਸੀਗੀ ਤੁਹਾਡੇ ਪਿੰਡ ਦੀ? ਨਹੀਂ, ਮੇਰੇ ਪਿੰਡ ਗਰਾਊਂਡ ਵੀ ਹੈ ਨਹੀਂ ਵੀਰੇ, ਹੁਣ ਵੀ ਹੈ ਨਹੀਂਗਾ, ਹੁਣ ਮਤਲਬ ਹੁਣ ਬਣਵਾਇਆ ਸੀ ਪਰ ਹੈ ਨਹੀਂ ਸੀਗਾ। ਮੈਂ ਸ਼ੁਰੂ ਕੀਤਾ ਕੋਕਰੀ ਪਿੰਡ 'ਚ ਖੇਡਣਾ, ਕੋਕਰੀ ਕਲਾਂ 'ਚ। ਹਾਂਜੀ, ਉੱਥੇ ਮੈਂ ਮਤਲਬ 10th ਤੋਂ ਬਾਅਦ ਕੋਕਰੀ ਕਲਾਂ ਪੜ੍ਹਨ ਲਈ ਗਿਆ, +1 +2 ਕੋਕਰੀ ਕਲਾਂ ਕੀਤੀ ਮੈਂ। ਹਾਂਜੀ, ਉੱਥੇ ਮਤਲਬ ਸ਼ੁਰੂ ਕਰਤਾ ਜਾ ਕੇ ਦੇਖ ਦੁੱਖ ਕੇ ਉਹਨਾਂ ਨੂੰ, ਉਹਨਾਂ ਨੇ ਖਿਲਾ ਲਿਆ, ਪਿੰਡ 'ਚ ਖੇਡਣ ਲੱਗ ਗਿਆ, ਵੇਟ ਵਾਲੀ ਟੀਮ ਖੇਡਣ ਲੱਗ ਗਏ, ਬਸ ਐਂ ਚੱਲ ਪਿਆ ਫਿਰ ਕੰਮ। ਅਤੇ ਵੀਰੇ ਜਦੋਂ ਤੁਸੀਂ ਸਕੂਲ 'ਚ ਖੇਡਦੇ ਸੀਗੇ ਉਦੋਂ ਸਕੂਲ ਦੇ ਜਿਵੇਂ ਅੰਡਰ ਦੇ ਟੂਰਨਾਮੈਂਟ ਹੁੰਦੇ, Under-40, Under-70, ਹੈ ਨਾ, ਅਤੇ ਉਹਨਾਂ ਵਿੱਚ ਵੀ ਤੁਸੀਂ ਭਾਗ ਲਿਆ? ਨਹੀਂ ਵੀਰੇ, ਮੈਂ ਸਿਰਫ 19 ਖੇਡਿਆ, +1 +2 ਸਿਰਫ 19 ਹੁੰਦੀ ਸੀਗੀ, ਕਿਉਂਕਿ 10th ਤੱਕ ਸਾਡਾ ਪ੍ਰਾਈਵੇਟ ਸਕੂਲ ਸੀਗਾ, ਉਹ 'ਚ ਸਪੋਰਟਸ ਨਹੀਂ ਸੀ ਇੰਨੀ, ਅਤੇ ਇੱਥੇ ਆ ਕੇ ਮੈਂ ਕੋਕਰੀ ਆ ਕੇ 19 ਖੇਡਿਆ 2 ਸਾਲ। ਠੀਕ ਹੈ ਜੀ। ਅਤੇ ਜਦੋਂ ਤੁਸੀਂ ਕੋਕਰੀ ਤੋਂ ਬਾਅਦ +2 ਕੀਤੀ ਤਾਂ ਉਦੋਂ ਗਾਂਹ ਕਿੱਥੇ ਗਏ ਜੀ ਖੇਡਿਆ ਵੀ ਕਿਵੇਂ? +2 ਤੋਂ ਬਾਅਦ ਮੈਂ ਗਿਆ ਸੁਧਾਰ ਕਾਲਜ। ਹਾਂਜੀ, ਮੈਨੂੰ ਸੁਜੈਸਟ ਕੀਤਾ ਸੀ, ਆਪਾਂ ਜਾਣਦੇ ਹਾਂ ਅਮਰਿੰਦਰ ਪਾਂਡਾ, ਉਹ ਕਾਲਜ ਸੀਗੇ ਸੁਧਾਰ, ਉਹ ਵੀ ਕੋਕਰੀ 'ਚ ਖੇਡਦੇ ਰਹੇ ਮੇਰੇ ਤੋਂ ਪਹਿਲਾਂ, ਉਹਨਾਂ ਨੇ ਸੁਜੈਸਟ ਕੀਤਾ, ਉਹਨਾਂ ਨੇ ਮੇਰੀ ਐਡਮਿਸ਼ਨ ਕਰਾਈ ਉੱਥੇ। ਠੀਕ ਹੈ ਜੀ। ਤੁਸੀਂ ਵੀ ਯਾਨੀ ਕਿ ਸੁਧਾਰ ਜਿਹੜਾ ਕਾਲਜ ਆ ਉੱਥੇ ਖੇਡਣ ਗਏ, ਅਤੇ ਉੱਥੇ ਵੀਰੇ ਯਾਨੀ ਕਿ ਕਿਹੜੇ ਸਾਲ 'ਚ ਤੁਸੀਂ ਉੱਥੇ ਗਏ ਖੇਡਣ? ਮੈਂ ਉੱਥੇ ਗਿਆ ਸੀ +2, 2004 'ਚ +2 ਕੀਤੀ ਹੈ ਮੈਂ, ਉਸ ਤੋਂ ਬਾਅਦ ਚਲਿਆ ਗਿਆ ਸੀਗਾ, ਪਰ 1 ਸਾਲ ਮੇਰਾ ਮਤਲਬ ਮੈਂ ਛੱਡਤਾ ਸੀਗਾ ਵਿੱਚੋਂ, ਕਿ ਮੇਰਾ ਮਤਲਬ ਫੇਲ ਹੋ ਗਿਆ ਸੀ ਮੈਂ, ਕਿਉਂਕਿ ਮੈਂ ਇੰਗਲਿਸ਼ ਮੀਡੀਅਮ 'ਚੋਂ ਗਿਆ ਕਰਕੇ ਮੈਨੂੰ ਆਏ ਸੀ ਵੀ ਮੈਂ
ਪੜ੍ਹਾਈ ਚੰਗਾ ਆ ਵੀ ਮੈਨੂੰ ਪੜ੍ਹਨ ਦੀ ਲੋੜ ਨਹੀਂ ਗੀ ਅਤੇ ਇੱਕ ਸਾਲ ਛੱਡ ਕੇ ਵਾਪਸ ਢੂਡੀ ਕੇ ਆ ਗਿਆ ਸੀਗਾ ਮੈਂ। ਠੀਕ ਹੈ ਜੀ। ਅਤੇ ਜਦੋਂ ਤੁਸੀਂ ਉੱਥੇ ਜੁਆਇਨਿੰਗ ਕੀਤੀ ਹੈ ਨਾ ਸੁਧਾਰ ਕਾਲਜ 'ਚ, ਕੀ ਸਬਜੈਕਟ ਚੁਣਿਆ ਉੱਥੇ? ਮੈਂ ਉੱਥੇ ਆਰਟਸ ਹੀ ਚੁਣੀ ਹੈ ਜੀ। ਹਾਂਜੀ, ਮੈਂ ਉੱਥੇ ਇੰਗਲਿਸ਼ 'ਚੋਂ ਫੇਲ ਹੋਇਆ ਸੀ ਫਸਟ ਟਾਈਮ। ਠੀਕ ਹੈ ਜੀ। ਹਾਂਜੀ, ਉਸ ਵਕਤ ਛੱਡ ਕੇ ਵਾਪਸ ਮੈਂ ਢੂਡੀ ਕੇ ਐਡਮਿਸ਼ਨ ਲੈ ਲਈ ਸੀ। ਢੂਡੀ ਕੇ ਐਡਮਿਸ਼ਨ ਫਸਟ ਈਅਰ ਕਰਕੇ ਦੁਬਾਰੇ ਫਿਰ ਮੈਂ ਸੁਧਾਰ ਕਾਲਜ ਗਿਆ ਸੈਕਿੰਡ ਈਅਰ 'ਚ। ਹਾਂਜੀ। ਜਦੋਂ ਸੁਧਾਰ ਕਾਲਜ ਫਿਰ ਇੱਕ ਵਾਰੀ ਗਏ, ਪਹਿਲਾਂ ਜਦੋਂ ਫਸਟ ਈਅਰ ਤੁਸੀਂ ਸੁਧਾਰ ਗਏ ਉਦੋਂ ਨਹੀਂ ਤੁਹਾਨੂੰ ਖੇਡਣ ਦਾ ਬਾਰੇ? ਮੈਂ ਪਹਿਲੇ ਸਾਲ ਹੀ ਵੀਰੇ ਪਲੇਇੰਗ ਖੇਲਿਆ ਉੱਥੇ। ਹਾਂਜੀ, ਐਜ ਅ ਸਟ੍ਰਾਈਕਰ ਪਹਿਲੇ ਸਾਲ ਹੀ। ਉਦੋਂ ਟੀਮ ਬਹੁਤ ਚੰਗੀ ਸੀ, ਮਤਲਬ ਪੂਰੇ ਏਰੀਏ ਦੇ ਸਟਾਰ ਸੀਗੇ ਉਸ ਸਾਲ ਉੱਥੇ, ਅਤੇ ਮੈਂ ਉਸ ਸਾਲ ਪਹਿਲੇ ਸਾਲ ਹੀ ਖੇਲਿਆ ਪਲੇਇੰਗ ਜਾ ਕੇ। ਉਦੋਂ ਬਾਅਦ ਫਿਰ ਇੱਕ ਸਾਲ ਛੱਡਤਾ ਮੈਂ, ਵਾਪਸ ਢੂਡੀ ਕੇ ਆ ਗਿਆ, ਅਤੇ ਫਿਰ ਉਦੋਂ ਬਾਅਦ ਫਿਰ ਦੁਬਾਰਾ ਵਾਪਸ ਗਿਆ ਮੈਂ। ਅਤੇ ਵੀਰੇ ਉੱਥੇ ਸੁਧਾਰ ਕਾਲਜ ਬਹੁਤ ਪਲੇਅਰ ਹੋਏ ਆ ਉੱਥੋਂ, ਯਾਨੀ ਕਿ ਜਿਹੜੇ ਬੈਚ 'ਚ ਤੁਸੀਂ ਸੀਗੇ ਉਦੋਂ ਕਿਹੜੇ ਕਿਹੜੇ ਪਲੇਅਰ ਸੀ ਤੁਹਾਡੇ ਨਾਲ? ਉਦੋਂ ਸੀਗਾ ਪਾਂਡਾ, ਅਤੇ ਗਗਨ ਪੱਖੋਵਾਲੀਆ, ਸੁੱਖੀ ਬਾਈ, ਜੱਸੋਵਾਲ ਸੂਦਾ, ਲਾਲੂ, ਅਤੇ ਗੋਲਡੀ ਕਮਾਲਪੁਰੇ ਵਾਲਾ, ਅਤੇ ਸੋਨਾ ਸਰਾਭਾ, ਬਲਦੀਪ ਸਰਾਭਾ, ਅਤੇ ਬਲਦੀਪ ਹੁੰਦਾ ਇੱਕ ਗੋਲਕੀਪਰ ਇੱਕ, ਅਤੇ ਮੋਹਣਾ ਹੁੰਦਾ ਸੀ ਆਪਣਾ ਇੱਥੋਂ ਗਾਲਬ ਤੋਂ, ਮਾਣੂਕਿਆਂ ਤੋਂ ਅਮਰਜੀਤ, ਬਿੱਟਾ ਤਲਵੰਡੀ ਮੱਲੀਆਂ ਵਾਲਾ। ਬਸ। ਠੀਕ ਹੈ ਜੀ। ਅਤੇ ਜਦੋਂ ਤੁਸੀਂ ਉੱਥੇ ਪਹਿਲੇ ਸਾਲ ਖੇਡੇ ਉਦੋਂ ਤੁਸੀਂ ਯਾਨੀ ਕਿਹੜੇ ਟੂਰਨਾਮੈਂਟ ਉੱਥੇ ਖੇਡਿਆ? ਯਾਨੀ ਕਿ ਮੈਂ ਉੱਥੇ ਇੰਟਰ ਕਾਲਜ ਖੇਲਿਆ ਵੀਰੇ ਸਿੱਧਾ। ਕੀ ਪੁਜੀਸ਼ਨ ਆਈ ਸੀ ਵੀਰੇ? ਉਸ ਸਾਲ ਥਰਡ ਸੀ। ਠੀਕ ਹੈ ਜੀ। ਅਤੇ ਜਦੋਂ ਤੁਸੀਂ ਉੱਥੋਂ ਵੀਰੇ ਫਸਟ ਸਾਲ ਕਰਕੇ ਉਦੋਂ ਬਾਅਦ 'ਚ ਢੂਡੀ ਕੇ ਤੁਸੀਂ ਆਏ, ਢੂਡੀ ਕੇ ਵੀ ਖੇਡੇ ਤੁਸੀਂ? ਢੂਡੀ ਕੇ ਬੀ ਡਿਵੀਜ਼ਨ ਖੇਲਿਆ ਮੈਂ। ਠੀਕ ਹੈ ਜੀ। ਉਦੋਂ ਕੀ ਪੁਜੀਸ਼ਨ ਸੀ? ਉਦੋਂ ਸੈਕਿੰਡ ਸੀ। ਠੀਕ ਹੈ ਜੀ। ਅਤੇ ਉਦੋਂ ਬਾਅਦ 'ਚ ਫਿਰ ਸੁਧਾਰ ਗਏ, ਅਤੇ ਕੋਚ ਕਿਹੜੇ ਸੀ ਸੁਧਾਰ? ਸੁਧਾਰ ਸੀਗੇ ਅਕਬਰ। ਠੀਕ ਹੈ ਜੀ। ਅਤੇ ਉਹੀ ਤੁਹਾਨੂੰ ਪ੍ਰੈਕਟਿਸ ਕਰਾਉਂਦੇ? ਹਾਂਜੀ, ਅਕਬਰ ਕੋਚ ਸਾਹਿਬ ਨੇ ਪ੍ਰੈਕਟਿਸ ਕਰਾਈ ਆਪਾਂ ਨੂੰ। ਠੀਕ ਹੈ ਜੀ। ਅਤੇ ਉਦੋਂ ਬਾਅਦ 'ਚ ਤੁਸੀਂ ਜਦੋਂ ਸੁਧਾਰ ਗਏ ਕਿਹੜੇ ਯਾਨੀ ਕਿ ਥਰਡ ਈਅਰ 'ਚ ਲਈ ਤੁਸੀਂ? ਮੈਂ ਸੈਕਿੰਡ ਈਅਰ 'ਚ। ਹਾਂ, ਸੈਕਿੰਡ ਈਅਰ 'ਚ ਐਡਮਿਸ਼ਨ ਲਈ ਉੱਥੇ। ਠੀਕ ਹੈ ਜੀ। ਅਤੇ ਉੱਥੇ ਬਾਅਦ 'ਚ ਜਦੋਂ ਸੈਕਿੰਡ ਈਅਰ 'ਚ ਗਏ ਤਾਂ ਉੱਥੇ ਬਾਅਦ 'ਚ ਫਿਰ ਰੈਗੂਲਰ ਫੁੱਟਬਾਲ ਖੇਡਣਾ ਸਟਾਰਟ? ਫਿਰ ਰੈਗੂਲਰ ਫੁੱਟਬਾਲ ਖੇਡਣਾ ਸਟਾਰਟ ਕੀਤਾ। ਫਿਰ ਮੈਂ ਪੂਰਾ ਮਤਲਬ ਉੱਥੇ 6-7 ਸਾਲ ਲਗਾਤਾਰ ਰਿਹਾ ਮੈਂ। ਠੀਕ ਹੈ ਜੀ। ਹਾਂਜੀ। ਅਤੇ ਕੀ ਕਿਹੜੇ ਕਿਹੜੇ ਟੂਰਨਾਮੈਂਟ 6-7 ਸਾਲ ਜਦੋਂ ਤੁਸੀਂ ਖੇਡੇ ਅਤੇ ਕਿਹੜੀਆਂ ਕਿਹੜੀਆਂ ਤੁਹਾਡੀਆਂ ਪੁਜੀਸ਼ਨਸ ਆਈਆਂ ਜੀ? ਮਤਲਬ ਟੂਰਨਾਮੈਂਟ ਤਕਰੀਬਨ ਪੰਜਾਬ ਦੇ ਸਾਰੇ ਅਸੀਂ ਜਿੱਤ ਲਏ, ਸਾਡੇ ਵਾਲੇ ਬੈਚ ਨੇ, ਮਤਲਬ ਸਰਾਭੇ ਵਾਲਾ ਹੋ ਗਿਆ, ਬੰਗਾ ਹੋ ਗਿਆ, ਬੈਲਗਾ ਹੋ ਗਿਆ, ਪੰਜਾਬ ਲੀਗ ਹੋ ਗਈ, ਅਤੇ ਹਾਂ ਤਕਰੀਬਨ ਹੋ ਗਏ ਸਾਰੇ। ਠੀਕ ਹੈ ਜੀ। ਅਤੇ ਇੰਟਰ ਕਾਲਜ ਤੁਸੀਂ ਕਿੰਨੇ ਵਾਰੀ ਜਿੱਤੇ? ਇੰਟਰ ਕਾਲਜ ਤਕਰੀਬਨ ਹਰ ਵਾਰੀ ਜਿੱਤੇ ਹਾਂ, ਸਿਰਫ ਇੱਕ ਵਾਰ ਸੈਕਿੰਡ ਪੋਜੀਸ਼ਨ ਆਈ ਸਾਡੀ। ਹਾਂ, ਬਾਕੀ ਸਾਰੇ ਵਾਰ 4 ਸਾਲ ਲਗਾਤਾਰ ਕੈਪਟਨ ਰਿਹਾ ਮੈਂ ਕਾਲਜ ਦਾ। ਹਾਂਜੀ। ਅਤੇ ਉਦੋਂ ਗਾਂ ਵੀ ਗਏ ਤੁਹਾਡੀ ਸਿਲੈਕਸ਼ਨ ਹੋਈ? ਹਾਂ, ਯੂਨੀਵਰਸਿਟੀ ਖੇਲਿਆ 5 ਸਾਲ ਲਗਾਤਾਰ ਮੈਂ। ਠੀਕ ਹੈ ਜੀ। ਅਤੇ 1 ਸਾਲ ਕਪਤਾਨੀ ਕੀਤੀ ਯੂਨੀਵਰਸਿਟੀ ਦੀ। ਜਿਵੇਂ ਕਿ ਤੁਸੀਂ ਵੀਰੇ ਦੱਸਿਆ ਵੀ ਹੈ ਨਾ ਕਾਲਜ 'ਚ ਤੁਸੀਂ ਇੰਨਾ ਟਾਈਮ ਖੇਡੇ ਤਕਰੀਬਨ 8-9 ਸਾਲ, ਅਤੇ ਪਿੰਡ ਲੈਵਲ 'ਤੇ ਤੁਸੀਂ ਕਦੋਂ ਖੇਡਣਾ ਸਟਾਰਟ ਕੀਤਾ ਵੀਰੇ? ਪਿੰਡ ਲੈਵਲ 'ਤੇ ਵੀਰੇ ਮੈਂ ਖੇਡਣਾ ਸਟਾਰਟ ਕੀਤਾ +2 'ਚ ਹੀ ਕਰਤਾ ਸੀਗਾ, ਪਰ ਮੈਂ ਆਪਣੇ ਪਿੰਡ 'ਚ ਨਹੀਂ ਖੇਲਦਾ ਸੀਗਾ, ਕੋਕਰੀ ਕਲਾਂ 'ਚ ਖੇਲਣਾ ਸ਼ੁਰੂ ਕੀਤਾ ਮੈਂ, ਕਿਉਂਕਿ ਸਾਡੇ ਗਰਾਊਂਡ ਨਹੀਂ ਹੈਗਾ ਸੀਗਾ। ਫਿਰ ਉੱਥੇ ਮੈਂ ਉਹਨਾਂ ਦੇ ਪਿੰਡ 'ਚ ਓਪਨ 'ਚ ਵੀ ਖੇਲਣ ਲੱਗ ਗਿਆ, ਬਾਅਦ 'ਚੋਂ ਮੈਂ ਲਗਾਤਾਰ ਖੇਲਦਾ ਰਿਹਾ ਕਾਲਜ 'ਚ ਲਿਆ। ਕਾਲਜ 'ਚੋਂ ਘੱਟ ਟਾਈਮ ਮਿਲਦਾ ਸੀ ਪਿੰਡ ਆਉਣ ਦਾ, ਅਤੇ ਕਦੇ ਕਦੇ ਟਾਈਮ ਮਿਲਦਾ ਵੀ ਟੂਰਨਾਮੈਂਟ ਖੇਲ ਲੈਂਦੇ ਸੀਗੇ, ਅਤੇ ਇਸ ਕਰਕੇ ਜ਼ਿਆਦਾਤਰ ਕਾਲਜ ਜਾਂ ਯੂਨੀਵਰਸਿਟੀ ਖੇਲਿਆ ਮੈਂ। ਅਤੇ ਤੁਹਾਡੇ ਪਿੰਡ ਦੀ ਟੀਮ ਕਦੋਂ ਬਣੀ ਜੀ? ਸਾਡੇ ਪਿੰਡ ਦੀ ਟੀਮ ਹੈ ਤਾਂ ਪਹਿਲਾਂ ਬਹੁਤ ਟਾਈਮ ਪਹਿਲਾਂ ਸੀਗੀ, ਪਰ ਮੇਰੇ ਆਉਣ ਤੋਂ ਬਾਅਦ ਯਾਨੀ ਸਟਾਰਟ ਹੋ ਗਿਆ ਕਾਲਜ ਸਕੂਲ ਇੱਥੇ, ਮਤਲਬ ਕੰਮ ਆਪਣਾ, ਬੱਚੇ ਬਾਹਰ ਜਾਣ ਲੱਗ ਗਏ, ਅਕੈਡਮੀ ਚਲੇ ਗਏ, ਕੋਈ ਕਾਲਜ ਚਲੇ ਗਏ, ਜਿਵੇਂ ਸਾਡੇ ਪਵਨ ਦੀਪਾ ਮੁੰਡਾ ਹੁਣ ਨੇਵੀ ਚਲੇ ਗਿਆ, ਉਹ ਵੀ ਮੇਰੇ ਬਾਅਦ ਖੇਲਣਾ ਸ਼ੁਰੂ ਕੀਤਾ, ਉਹ ਮਤਲਬ ਉਹਦੇ ਸਾਰੇ ਇਕੱਠੇ ਹੋ ਗਏ, ਫਿਰ ਟੀਮ ਬਣ ਗਈ ਸਾਡੀ। ਠੀਕ ਹੈ ਜੀ। ਅਤੇ ਤੁਸੀਂ ਵੀਰੇ ਜਦੋਂ ਪਿੰਡ ਲੈਵਲ 'ਤੇ ਤੁਸੀਂ ਬਹੁਤ ਟਾਈਮ ਪਹਿਲਾਂ ਦੇ ਖੇਡਦੇ ਹੋ, ਉਦੋਂ ਆਪਣੇ ਇਲਾਕੇ ਦੀਆਂ ਜਾਂ ਹੈ ਨਾ ਹੋਰ ਟੀਮਾਂ ਜਿਹੜੀਆਂ ਲੁਧਿਆਣੇ ਏਰੀਏ ਦੀਆਂ ਕਿਹੜੀਆਂ ਕਿਹੜੀਆਂ ਪੂਰੀਆਂ ਨਾਮਵਰ ਟੀਮਾਂ ਹੁੰਦੀਆਂ ਸੀ ਜਿਨ੍ਹਾਂ ਨਾਲ ਤੁਹਾਡਾ ਮੈਚ ਪਾਦਾ ਜੀ? ਉਸ ਟਾਈਮ ਵੀਰੇ ਜਿਹੜੇ ਆਪਣਾ ਏਰੀਆ ਮੋਗਾ, ਮਤਲਬ ਮੋਗੇ 'ਚ ਸਭ ਤੋਂ ਚੰਗੀਆਂ ਟੀਮਾਂ ਹੁੰਦੀ 2, ਇੱਕ ਤਾਂ ਜੀਤਵਾਲ ਅਤੇ ਕੋਕਰੀ। ਠੀਕ ਹੈ। ਉਸ ਤੋਂ ਬਾਅਦ ਜੇ ਬਾਹਰ ਚਲੇ ਜਾਓ ਤਾਂ ਆਪਾਂ ਮੇਨ ਜਿਹੜੇ ਹੁਣ ਵੀ ਚੱਲ ਰਹੇ ਕਹਿ ਰਹੇ ਡਾਂਗੋ ਹੋ ਗਈ, ਪੱਖੋਵਾਲ ਹੋ ਗਈ, ਕਹਿੰਦੇ ਖੰਨਾ ਏਰੀਆ ਉਦੋਂ ਨਹੀਂ ਇੰਨਾ ਸੀਗਾ। ਠੀਕ ਆ। ਕਿਉਂਕਿ ਮੈਂ ਜਦ ਤੱਕ ਮੈਂ ਖੰਨੇ ਏਰੀਆ ਨਾਲ ਬਹੁਤ ਘੱਟ ਖੇਲਿਆ ਉਸ ਟਾਈਮ, ਕਿਉਂਕਿ ਜ਼ਿਆਦਾਤਰ ਆਪਾਂ ਲੁਧਿਆਣੇ ਏਰੀਆ ਨਾਲ ਜ਼ਿਆਦਾ ਹੁੰਦਾ ਸੀਗਾ, ਖੰਬਾਈ ਹੋ ਗਈ, ਡਾਂਗੋ ਹੋ ਗਈ, ਪੱਖੋਵਾਲ ਹੋ ਗਈ, ਜ਼ਿਆਦਾਤਰ ਨਾਮ ਜੱਸੋਵਾਲ ਸੂਦਾਂ ਹੋ ਗਈ, ਇਹ ਟੀਮਾਂ ਬਹੁਤ ਚੰਗੀਆਂ ਸੀ ਉਸ ਟਾਈਮ। ਠੀਕ ਹੈ ਜੀ। ਅਤੇ ਤੁਸੀਂ ਜਿਵੇਂ ਪਹਿਲਾਂ ਦੱਸਿਆ ਵੀ ਕੋਕਰੀ ਵੱਲੋਂ ਖੇਡਦੇ ਸੀਗੇ, ਅਤੇ ਉਦੋਂ ਕਿਹੜੀਆਂ ਕਿਹੜੀਆਂ ਟੀਮਾਂ ਨਾਲ ਤੁਹਾਡਾ ਯਾਨੀ ਕਿ ਮੈਚ ਜਿਹੜਾ ਵੀ ਵਧੀਆ ਲੱਗਦੇ ਸੀਗੇ, ਵੀ ਯਾਨੀ ਕਿ ਵੀ ਜਿਹੜੇ ਪੂਰੇ ਵੀ ਯਾਨੀ ਕਿ ਦਰਸ਼ਕ ਕਈ ਇਹੋ ਜਿਹੇ ਮੈਚ ਹੁੰਦੇ ਆ ਵੀ ਦਰਸ਼ਕ ਬਹੁਤ ਦੇਖਣ ਆਉਂਦੇ ਆ, ਹੈ ਨਾ? ਕਿਉਂਕਿ ਇੱਧਰ ਮੋਗੇ ਜਿਹੜੀ ਦੀ ਕੋਕਰੀ ਟੀਮ ਜਿਹੜੀ ਉਹ ਨਾਮਵਰ ਸੀਗੀ, ਤਾਂ ਉੱਧਰ ਜਦੋਂ ਤੁਸੀਂ ਲੁਧਿਆਣੇ ਏਰੀਆ ਟੂਰਨਾਮੈਂਟ ਖੇਡਦੇ ਸੀਗੇ ਤਾਂ ਉੱਥੇ ਕਿਹੜੀਆਂ ਟੀਮਾਂ ਨਾਲ ਤੁਹਾਡੇ ਮੈਚ ਵਧੀਆ ਪੈਂਦੇ ਸੀ? ਜ਼ਿਆਦਾਤਰ ਇਹ ਹੁੰਦਾ ਸੀ ਵੀ ਜੇ ਆਪਣੇ ਮੋਗੇ ਜਾਂ ਜ਼ਿਆਦਾ ਜਿਹੜਾ ਕੋਕਰੀ ਅਤੇ ਜੀਤਵਾਲ ਦਾ ਇੰਡੀਆ ਪਾਕਿਸਤਾਨ ਵਾਲਾ ਕੰਮ ਹੁੰਦਾ ਸੀ ਉਸ ਟਾਈਮ, ਕਿਉਂਕਿ ਇਹਨਾਂ ਦਾ ਜਦੋਂ ਇਕੱਠਾ ਮੈਚ ਆਉਣਾ ਤਾਂ ਲੋਕਾਂ ਨੇ ਬਹੁਤ ਦੇਖਣ ਆਉਣਾ ਮੈਚ ਵੀ। ਹਾਂ, ਗੁਆਂਢੀ ਪਿੰਡ ਕਰਕੇ ਜਾਂ ਫਿਰ ਪੱਖੋਵਾਲ ਨਾਲ ਜ਼ਿਆਦਾ ਮੈਚ ਵਧੀਆ ਲੱਗਦਾ ਹੁੰਦਾ ਸੀਗਾ, ਬਾਕੀ ਠੀਕ ਸੀ ਟੀਮ ਹਰੀ। ਅਤੇ ਉਦੋਂ ਫਿਰ ਤੁਸੀਂ ਕਿੰਨੇ ਕੁ ਟੂਰਨਾਮੈਂਟ ਖੇਡਦੇ ਹੁੰਦੇ ਸੀਗੇ ਯਾਨੀ ਕਿਹੜੇ ਕਿਹੜੇ ਏਰੀਏ 'ਚ? ਏਰੀਆ
ਹੁਣ ਤੱਕ ਜਿਹੜੀ ਯੰਗ ਜਨਰੇਸ਼ਨ ਆ ਉਹਦੇ ਵਿੱਚ ਕੀ ਫਰਕ ਆਇਆ ਖੇਡਣ ਤੋਂ ਲੈ ਕੇ? ਮਾਡਰਨ ਹੋ ਗਿਆ ਵੀਰੇ ਫੁੱਟਬਾਲ ਨਾਲ। ਜਦੋਂ ਅਸੀਂ ਖੇਡਣਾ ਸਟਾਰਟ ਕੀਤਾ ਜਦੋਂ ਮੇਰੇ ਕੋਲ ਸ਼ੂਜ਼ ਸੀਗੇ, ਮੈਂ ਜਦ ਤੱਕ ਮੈਂ ਫੁੱਟਬਾਲ ਖੇਡਣ ਲੱਗੀ ਤਾਂ ਜ਼ਿਆਦਾਤਰ ਲੋਕ ਨੰਗੇ ਪੈਰ ਖੇਡਦੇ ਸੀ, ਸ਼ੂਜ਼ ਨਹੀਂ ਪਾਉਂਦੇ ਸੀਗੇ, ਟੂਰਨਾਮੈਂਟਾਂ 'ਤੇ ਵੀ ਨੰਗੇ ਪੈਰ ਖੇਡ ਲੈਣਾ। ਬਾਲ ਜਿਹੜੀ ਹੈਵੀ ਵੇਟ ਹੁੰਦੀ, ਹੁਣ ਲਾਈਟ ਵੇਟ ਹੋ ਗਈ ਜ਼ਿਆਦਾ, ਜ਼ਿਆਦਾਤਰ ਉਹਨਾਂ ਦੀ ਜ਼ਿਆਦਾ ਮਾਡਰਨ ਹੋ ਗਈ ਹੁਣ ਪਹਿਲਾਂ ਨਾਲ, ਜਨਰੇਸ਼ਨ ਵੀ ਮਾਡਰਨ ਹੋ ਗਈ। ਹੁਣ ਤਾਂ ਹਰ ਇੱਕ ਦੇ ਸ਼ੂਜ਼ ਟੂਰਨਾਮੈਂਟ 'ਤੇ ਨਾਈਕ ਦੇ ਸ਼ੂਜ਼ ਹੁੰਦੇ ਆ, ਉਦੋਂ ਨਾਈਕ ਪਤਾ ਹੀ ਨਹੀਂ ਸੀ ਕਿਸੇ ਨੂੰ ਹੁੰਦਾ ਕੀ ਆ। ਅਤੇ ਅੱਜ ਕੱਲ੍ਹ ਆਪਾਂ ਦੇਖੀਏ ਜੀ ਟੂਰਨਾਮੈਂਟਾਂ ਦੇ, ਹੈ ਨਾ, ਥੋੜ੍ਹੀ ਜਿਹੜੀ ਯੰਗ ਜਨਰੇਸ਼ਨ ਆ ਉਹ ਥੋੜ੍ਹੀ ਜਿਹੀ ਅਗਰੈਸਿਵ ਖੇਡਦੀ ਆ, ਵੀ ਉਹਦਾ ਕੀ ਕਾਰਨ ਆ ਤੁਹਾਡੇ ਹਿਸਾਬ? ਅਗਰੈਸਿਵ ਦਾ ਕਾਰਨ ਇਹ ਆ ਵੀ ਯੰਗ ਬਲੱਡ ਕਰਕੇ, ਯੰਗ ਬਲੱਡ ਜ਼ਿਆਦਾ ਵੀ ਮਤਲਬ ਯੰਗ ਉਹਨਾਂ ਨੂੰ ਆਏ ਹੁੰਦਾ ਵੀ ਅਸੀਂ ਪਤਾ ਨਹੀਂ ਕੀ ਕਰ ਦਾਂਗੇ ਖੇਲ ਕੇ, ਜਾਂ ਅਗਰੈਸਿਵ, ਉਹ ਅਗਰੈਸਿਵ ਇਸੇ ਕਰਕੇ ਦਿਖਾ ਰਹੇ ਹਰ ਚੀਜ਼ ਨੂੰ, ਜਦਕਿ ਉਹਨੂੰ ਮਤਲਬ ਉਹਨਾਂ ਨੂੰ ਮੈਚ ਦਾ ਟੈਂਪਰਾਮੈਂਟ ਮਤਲਬ ਉਹ ਕੰਟਰੋਲ ਨਹੀਂ ਕਰ ਪਾਉਂਦੇ ਹੁਣ, ਉਹ ਜ਼ਿਆਦਾ ਤੇਜ਼ ਹੋ ਜਾਏ ਜਾਂ ਤਾਂ ਫਿਰ ਉਹ ਅਗਰੈਸਿਵ ਹੋ ਜਾਂਦੇ, ਇੱਕ ਦੂਜੇ ਦੇ ਮਾਰ ਲੱਗ ਜਾਂਦੇ। ਕਿਉਂਕਿ ਹੁਣ ਮੈਂ ਕੀ ਯਾਰ ਮੈਂ ਖੇਡਦਾ, ਮਤਲਬ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਮੇਰੀ ਬਾਹਲੀ ਉਮਰ ਹੋ ਗਈ, ਪਰ ਜਦ ਮੈਂ ਯੰਗ ਨਾਲ ਖੇਡਦਾ ਮੈਨੂੰ ਕਲੀਅਰ ਫੀਲ ਹੁੰਦਾ ਹੈ ਵੀ ਸਾਡਾ ਟਾਈਮ ਵਧੀਆ ਸੀਗਾ। ਅਤੇ ਜਿਵੇਂ ਹੈ ਨਾ ਇੰਨੇ ਟੂਰਨਾਮੈਂਟ, ਉਦੋਂ ਵੀ ਬਹੁਤ ਟੂਰਨਾਮੈਂਟ ਹੁੰਦੇ ਸੀ, ਹੁਣ ਤਾਂ ਹੁਣ ਬਹੁਤ ਜ਼ਿਆਦਾ ਲੱਗ ਗਏ ਟੂਰਨਾਮੈਂਟ, ਅਤੇ ਟੂਰਨਾਮੈਂਟ ਵਿੱਚ ਤੁਹਾਨੂੰ ਕੀ ਫਰਕ ਨਜ਼ਰ ਆਇਆ ਵਾ ਲੈ ਕੇ ਵੀ ਸਾਰੇ ਚੀਜ਼ਾਂ ਨੂੰ ਓਵਰਆਲ? ਮੇਨ ਤਾਂ ਫਰਕ ਬ੍ਰਦਰ ਇਹ ਆ ਹੁਣ ਵੀ ਮਤਲਬ ਪਹਿਲਾਂ ਜਾਣਾ ਆਪਾਂ ਮਤਲਬ ਸਾਰੀਆਂ ਟੀਮਾਂ ਬੁਲਾ ਲੈਂਦੇ ਸੀ, ਉਹ ਸਾਰਾ ਦਿਨ ਬੈਠੇ ਰਹੋ, ਮੈਚ ਤੁਹਾਡਾ ਹੋਵੇ ਨਾ ਹੋਵੇ ਉਹ 'ਤੇ ਕੋਈ ਮਤਲਬ ਨਹੀਂ ਗਾ। ਹੁਣ ਇਹ ਸਿਸਟਮ ਇਹ ਆ ਵੀ ਤੁਹਾਨੂੰ ਫਿਕਚਰ ਬਣਾ ਕੇ ਦੇ ਦਿੰਦੇ, ਤੁਸੀਂ ਪੂਰੇ ਟਾਈਮ 'ਤੇ ਜਾਂਦੇ ਆਪਾਂ, ਠੀਕ ਆ। ਪਹਿਲਾਂ ਪ੍ਰਾਈਜ਼ ਥੋੜ੍ਹਾ ਸੀਗਾ, ਪ੍ਰਾਈਜ਼ ਦਾ ਮਤਲਬ ਨਾਮ ਮਾਤਰ ਸੀਗਾ, ਲਈ ਐਂਟਰੀ ਫੀਸ ਦੇ ਦਿਓ ਬਸ ਗੱਲ ਖਤਮ, ਉਹ ਵਾਪਸ ਕਰ ਦਿੰਦੇ ਸੀ ਕਈ ਵਾਰੀ। ਅਤੇ ਵੱਡਾ ਫਰਕ ਹੈਗਾ ਮੀਡੀਆ ਦਾ, ਹੁਣ ਤਾਂ ਲਾਈਵ ਚੱਲਣ ਲੱਗ ਗਏ ਮੈਚ, ਪਹਿਲਾਂ ਤਾਂ ਕਦੇ ਪਤਾ ਹੀ ਨਹੀਂ ਸੀ ਲੋਕਾਂ ਨੂੰ ਹੁੰਦਾ ਕਿ ਮੈਚ, ਉਹਨਾਂ ਨੇ ਕਿਤੇ ਦੇਖਿਆ ਜਾ ਕੇ ਤਾਂ ਵੱਖਰੀ ਗੱਲ, ਨਹੀਂ ਤਾਂ ਬਸ ਠੀਕ ਆ। ਅਤੇ ਵੀਰੇ ਜਿਵੇਂ ਹੈ ਨਾ ਤੁਸੀਂ ਹੁਣ ਪਿੰਡਾਂ ਦੀ ਗੱਲ ਕੀਤੀ, ਟੂਰਨਾਮੈਂਟਸ ਬਾਰੇ ਆਪਾਂ ਗੱਲ ਕੀਤੀ, ਪਲੇਅਰਾਂ ਬਾਰੇ ਗੱਲ ਕੀਤੀ, ਹੈ ਨਾ, ਪੁਰਾਣੇ ਸਮੇਂ ਤੋਂ ਲੈ ਕੇ ਨਵੇਂ ਸਮੇਂ ਤੀਕਰ। ਅਤੇ ਜੇ ਆਪਾਂ ਗੱਲ ਕਰੀਏ ਫਿਰ ਹੁਣ ਕਾਲਜ ਟਾਈਮ ਦੀ, ਤਾਂ ਉਦੋਂ ਤੁਸੀਂ ਕਾਲਜ ਤੋਂ ਬਾਅਦ ਕਿਸੇ ਕਲੱਬ 'ਚ ਵੀ ਤੁਸੀਂ ਜੁਆਇਨ ਕੀਤਾ? ਵੀਰੇ ਮੈਂ ਕਲੱਬ 'ਚ, ਮੇਰੇ ਹਿੰਦੁਸਤਾਨ ਕਲੱਬ ਸਾਈਨ ਸੀਗੇ, ਪਰ ਮੈਂ ਗਿਆ ਨਹੀਂ ਉੱਥੇ। ਉਹਦਾ ਕਾਰਨ ਸੀ ਇੱਕ ਤਾਂ ਮੇਰੀ ਦੀਦੀ ਦੀ ਮੈਰਿਜ ਆ ਗਈ ਉਸ ਟਾਈਮ, ਉੱਧਰੋਂ ਮੈਨੂੰ ਫੋਨ ਆ ਰਿਹਾ ਸੀ ਕੋਚ ਦਾ, ਇਸ ਕਰਕੇ ਮੈਨੂੰ ਛੱਡਣਾ ਪੈ ਗਿਆ, ਇਸ ਕਰਕੇ ਮੈਂ ਗਿਆ ਨਹੀਂ। ਮੈਂ ਜਦੋਂ ਕਾਲਜ 'ਚ ਦੁਬਾਰਾ ਐਡਮਿਸ਼ਨ ਲਈ ਆ, ਅਤੇ ਮੈਨੂੰ ਸਿਰਫ ਕਾਲਜ ਨੇ ਲੋਨ 'ਤੇ ਖਰੀਦਿਆ ਹਿੰਦੁਸਤਾਨ ਕਲੱਬ, ਮੈਂ ਲੋਨ 'ਤੇ ਖੇਲਿਆ ਕਾਲਜ ਵੱਲੋਂ ਬੀ ਡਿਵੀਜ਼ਨ, ਅਤੇ ਮੈਂ ਉੱਧਰ ਗਿਆ ਹੀ ਨਹੀਂ ਬਾਬਾ, ਮੈਂ ਹਜੇ ਤੱਕ ਉਦੋਂ ਲੈਣ ਹੀ ਨਹੀਂ ਗਿਆ ਉਹ। ਅਤੇ ਵੀਰੇ ਜਿਵੇਂ ਤੁਸੀਂ ਇੰਨੇ ਟਾਈਮ ਦੇ ਖੇਡਦੇ, ਇਹਦੇ ਵਿੱਚ ਕੋਈ ਤੁਹਾਡਾ ਕੋਈ ਫੇਵਰੇਟ ਮੈਚ ਹੋਵੇ, ਜਾਂ ਕੋਈ ਫੇਵਰੇਟ ਮੂਵਮੈਂਟ ਹੁੰਦੀ ਹੈ ਨਾ ਹਰ ਇੱਕ ਪਲੇਅਰ ਦੀ, ਵੀ ਜਿਹੜਾ ਕੋਈ, ਜਾਂ ਆਪਾਂ ਮੈਚ 'ਤੇ ਹੀ ਲਾ ਲਈਏ, ਕੋਈ ਤੁਹਾਡਾ ਮੈਚ ਹੋਵੇ ਇਹ ਜਾਂ ਵੀ ਜਿਹੜਾ ਪੂਰਾ ਅੜਿਆ ਮੈਚ ਹੋਵੇ, ਤੁਸੀਂ ਹਾਰਦੇ ਹੋ ਅਤੇ ਇੱਕ ਪਲ ਜਿੱਤੇ ਹੋ? ਜੇ ਮੇਰੀ ਸਭ ਤੋਂ ਵਧੀਆ ਮੂਵਮੈਂਟ ਆ ਉਹ ਹੈਗੀ ਯੂਨੀਵਰਸਿਟੀ ਦੀ, 12 ਸਾਲ ਬਾਅਦ ਸਾਡਾ ਮੈਡਲ ਆਇਆ ਸੀ, ਉਸ ਸਾਲ ਮੈਂ ਕੈਪਟਨ ਸੀਗਾ, ਉਹ ਸੀ ਕੋਇੰਬਟੂਰ ਤਾਮਿਲਨਾਡੂ, ਉਹ ਸਾਡਾ ਮਤਲਬ ਇਹ ਸੀਗਾ ਸਾਡਾ ਜਿਹੜਾ ਸੈਮੀਫਾਈਨਲ ਮੈਚ ਸੀਗਾ ਉਹ ਸੀਗਾ ਪਟਿਆਲੇ ਨਾਲ, ਉਹ ਐਨ ਲਾਸਟ ਮੂਵਮੈਂਟ 'ਤੇ ਪਵਨ ਆਪਣਾ ਪੰਜਾਬ ਪੁਲਿਸ 'ਚ, ਜਦਕਿ ਮੈਂ ਉਹਦਾ ਅੱਜ ਤੱਕ ਲੈਫਟ ਪੈਰ ਚੱਲਦਾ ਨਹੀਂ ਦੇਖਿਆ ਕਦੇ ਲਾਈਫ 'ਚ, ਉਹਨੇ ਉਸ ਮੈਚ ਲੈਫਟ ਪੈਰ ਨਾਲ ਗੋਲ ਕੀਤਾ ਸੀਗਾ, ਜਿਹੜਾ ਸਾਡੀ ਮਤਲਬ ਮੇਰੇ ਲਈ ਮੂਵਮੈਂਟ ਬਹੁਤ ਹੀ, ਕਿਉਂਕਿ ਇੱਕ ਤਾਂ ਮੈਂ ਕੈਪਟਨ ਸੀ ਉਸ ਸਾਲ, ਅਤੇ ਆਇਆ ਮੈਡਲ 12 ਸਾਲਾਂ ਬਾਅਦ ਯੂਨੀਵਰਸਿਟੀ ਦਾ ਮੈਡਲ ਆਇਆ ਸੈਕਿੰਡ ਉਸ ਸਾਲ, ਅਤੇ ਮੇਰੇ ਲਈ ਸਭ ਤੋਂ ਵਧੀਆ ਮੂਵਮੈਂਟ ਉਹ ਆ। ਅਤੇ ਵੀਰੇ ਜਿਵੇਂ ਹਰ ਇੱਕ ਪਲੇਅਰ ਦਾ ਕੋਈ ਫੇਵਰੇਟ ਟੀਮ ਹੁੰਦੀ ਹੈ ਹੈ ਨਾ, ਕੋਈ ਫੇਵਰੇਟ ਪਲੇਅਰ ਹੁੰਦਾ, ਚਾਹੇ ਉਹ ਪਿੰਡ ਪੱਧਰ 'ਤੇ ਹੋਵੇ ਅਤੇ ਚਾਹੇ ਉਹ ਨੈਸ਼ਨਲ 'ਤੇ, ਚਾਹੇ ਉਹ ਇੰਟਰਨੈਸ਼ਨਲ 'ਤੇ ਹੋਵੇ, ਤੁਹਾਡਾ ਕੋਈ ਫੇਵਰੇਟ ਟੀਮ ਜਾਂ ਕੋਈ ਆਪਾਂ ਕਹਿ ਲਈਏ ਪਲੇਅਰ ਹੋਵੇ? ਜੇ ਤਾਂ ਵੀਰੇ ਆਪਾਂ ਕੰਟਰੀ ਦੀ ਗੱਲ ਕਰੀਏ ਤਾਂ ਸਪੇਨ, ਠੀਕ ਹੈ ਜੀ, ਅਤੇ ਆਪਾਂ ਜੇ ਕਲੱਬ ਦੀ ਗੱਲ ਕਰੀਏ ਤਾਂ ਅਰਸਨਲ, ਅਤੇ ਜੇ ਮਤਲਬ ਉੱਦਾਂ ਪਲੇਅਰ ਦੀ ਗੱਲ ਕਰਦੇ ਹਾਂ ਤਾਂ ਰੈਮਸ, ਅਤੇ ਜੇ ਆਪਾਂ ਮਤਲਬ ਪਿੰਡ ਲੈਵਲ 'ਤੇ ਪਲੇਅਰ ਦੀ ਗੱਲ ਕਰਦੇ ਹਾਂ ਤਾਂ ਮੇਰੇ ਫੇਵਰੇਟ 2-3 ਪਲੇਅਰ ਆ ਜਿਹੜੇ ਮੈਨੂੰ ਬਹੁਤ ਵਧੀਆ ਲੱਗਦੇ ਆ, ਜੇ ਉਹਨਾਂ ਨਾਲ ਮੈਂ ਖੇਡਿਆ ਮੇਰੇ ਸੀਨੀਅਰ ਵੀ ਆ, ਜਿਵੇਂ ਬੂਟਾ ਬਾਈ ਹੋ ਗਿਆ, ਬਲਰਾਜ ਬਾਈ ਹੋ ਗਿਆ, ਠੀਕ ਹੈ, ਬਲਰਾਜ ਬਾਈ ਮੇਰਾ ਬੈਚਮੇਟ ਆ, ਇੱਕ ਪੱਬਾ ਉਹ ਮੇਰਾ ਬੈਚਮੇਟ ਆ, ਮੇਥੋਂ ਜੂਨੀਅਰ ਵੀ ਆ, ਪਰ ਮੈਨੂੰ ਉਹ ਬਹੁਤ ਵਧੀਆ ਲੱਗਦਾ ਖੇਡਦਾ ਸ਼ੁਰੂ ਤੋਂ ਹੀ। ਅਤੇ ਵੀਰੇ ਇੰਨੇ ਸਫ਼ਰ 'ਚ ਤੁਹਾਡਾ ਹੈ ਨਾ ਸਾਰੇ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਤੁਹਾਡੇ ਘਰਦਿਆਂ ਨੇ ਫੁੱਲ ਸਪੋਰਟ, ਤੁਹਾਡੀ ਸਪੋਰਟ ਕੀਤੀ? ਹਾਂਜੀ ਵੀਰੇ, ਫੁੱਲ ਸਪੋਰਟ ਕੀਤੀ ਆ। ਮੇਰੇ ਨਾ ਬੈਕਗਰਾਊਂਡ ਕੋਈ ਸਪੋਰਟਸ ਪਰਸਨ ਨਹੀਂ ਗਾ ਜਦੋਂ ਮੈਂ ਖੇਡਣਾ ਸ਼ੁਰੂ ਕੀਤਾ, ਅਤੇ ਮੇਰੀ ਲਾਈਫ 'ਚ ਇੱਕ ਇਹੋ ਜਿਹੀ ਮੂਵਮੈਂਟ ਆਈ ਆ ਜਦ ਵੀ ਮੈਨੂੰ ਨੌਕਰੀ ਮਿਲਦੀ ਮਿਲਦੀ ਮੇਰੇ ਹੱਥ 'ਚ ਹੋ ਗਈ ਆ ਪੰਜਾਬ ਪੁਲਿਸ, ਠੀਕ ਹੈ, ਉਹ ਐਵੇਂ ਮੇਰੀ ਇੰਜਰੀ ਹੋ ਗਈ, ਮੇਰੀ ਲੱਤ ਟੁੱਟ ਗਈ ਸੀਗੀ ਮੈਚ, ਅਤੇ ਮਤਲਬ ਮੈਨੂੰ ਘਰ ਛੱਡ ਕੇ ਗਏ ਮੇਰੇ ਪੇਰੈਂਟਸ ਨੇ, ਉਦੋਂ ਇਹ ਲੰਮਾ ਲਿਆ ਵੀ ਨਹੀਂ ਖੇਡਣ ਦੇਣਾ ਇਹਨੂੰ, ਕਿਉਂਕਿ ਇੱਕ ਤਾਂ ਮੈਂ ਹੈ ਇਕੱਲਾ ਸੀਗਾ, ਉਹਨਾਂ ਘਰਦਿਆਂ ਨੂੰ ਹੁੰਦਾ ਵੀ ਮੁੰਡਾ ਇਕੱਲਾ ਸਾਡਾ ਵੀ ਐਂ ਹੋ ਜੀ, ਵੀ ਫਿਰ ਇੱਕ ਵਾਰ ਮੈਨੂੰ ਜੇ ਐਂਡ ਕੇ ਜੋ ਆਫਰ ਆਈ ਸੀਗੀ, ਠੀਕ ਆ, ਉਹਨਾਂ ਨੇ ਫੋਨ ਕੀਤਾ ਗੈਸਟ ਪਲੇਅਰ ਖਿਲਾਉਣ ਲਈ, ਅਤੇ ਪੇਰੈਂਟਸ ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਵੀ ਮੈਨੂੰ ਇੱਦਾਂ ਕਰਕੇ ਫੋਨ ਆਇਆ, ਮਾਤਾ ਕਹਿੰਦੀ ਵੀ ਨਹੀਂ ਕਸ਼ਮੀਰ 'ਚ ਮਾਹੌਲ ਨਹੀਂ ਗਾ ਸੀਗਾ, ਅਤੇ ਵੀ ਉਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ, ਉਹ ਮੇਰਾ ਮੂਵਮੈਂਟ ਚਲਿਆ ਗਿਆ। ਚਲੋ ਠੀਕ ਆ, ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਉਹਨਾਂ ਨੇ ਨਹੀਂ ਜਾਣ, ਤਾਂ ਉਹਨਾਂ ਨੂੰ ਲੱਗਦਾ, ਕਿਉਂਕਿ ਬੱਚੇ ਹਰ ਲਈ ਬੱਚਿਆਂ ਜ਼ਰੂਰੀ ਹੁੰਦੇ ਆ, ਅਤੇ ਫਿਰ ਉਹ ਵਿੱਚੋਂ ਛੱਡਦੇ ਨਹੀਂ, ਸਪੋਰਟ ਹੁਣ
ਉਦੋਂ ਬਾਅਦ ਫਿਰ ਉਹਨਾਂ ਨੇ ਉਹਦੇ ਮਤਲਬ ਥੋੜ੍ਹੀ ਇੰਜਰੀ ਆ ਗਈ, ਉਹਨਾਂ ਨੇ ਛੱਡਤਾ ਖੇਡਣਾ ਵਿੱਚੋਂ ਬਾਅਦ 'ਚ। ਰਿਸਪੈਕਟ ਕਰੋ ਵੱਡਿਆਂ ਦੀ, ਆਪਣੇ ਕੋਈ ਸੀਨੀਅਰ ਪਲੇਅਰ ਆ ਉਹਦੀ, ਆਪਣੇ ਕੋਚ ਦੀ ਜ਼ਰੂਰੀ ਆ, ਅਤੇ ਇੱਕ ਹਾਰਡ ਵਰਕ ਜ਼ਰੂਰੀ ਆ। ਇੱਕ ਮੈਂ ਗੱਲ ਹੋਰ ਜ਼ਰੂਰੀ ਹੈ ਮੇਰੇ ਮਾਇੰਡ 'ਚ ਆਈ ਬੈਠੇ ਬੈਠੇ, ਹੁਣ ਮੈਂ ਕੋਚਿੰਗ ਲਾਈਨ 'ਚ ਮੈਨੂੰ ਪੈ ਜਾਂਦਾ 5 ਸਾਲ ਹੋ ਗਿਆ, ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਵਾਂ, ਮੈਂ 'ਚ ਕਹਿਣਾ ਚਾਹੁੰਦਾ ਵੀ ਪਲੀਜ਼ ਨਾ ਸਪੋਰਟ ਕਰੋ ਕੁੜੀਆਂ ਨੂੰ, ਠੀਕ ਆ ਨਾ, ਜੋ ਆਪਾਂ ਨਹੀਂ ਕਰਦੇ ਗੇ, ਕਿਉਂਕਿ ਮੇਰੇ ਕੋਲ 5 ਸਾਲ ਹੋ ਗਏ ਕੁੜੀਆਂ ਨੂੰ ਖੇਡਦੇ ਨੂੰ। ਮੈਂ ਉਹਨਾਂ ਨੂੰ ਮਤਲਬ ਇਹ ਸਿਸਟਮ ਸੀ ਮੇਰੇ ਕੋਲ, ਮੈਂ 5 ਸਾਲ ਡਿਪਾਰਟਮੈਂਟ 'ਚ ਹੋ ਗਏ, ਮੈਂ ਉਦੋਂ ਹੀ ਕੁੜੀਆਂ ਟੀਮ ਬਣਾਈ ਆ, 17 ਅਤੇ 19 ਦੋ ਰਹੀਆਂ ਮੇਰੇ ਕੋਲ ਮਤਲਬ ਟਰਨ ਵਾਈਜ਼, ਅਤੇ ਉਹਨਾਂ ਨੂੰ ਮਤਲਬ ਬੋਲ ਨੂੰ ਪੈਰ ਲਾਉਣਾ ਮੈਂ ਹੱਥ ਨਾਲ ਫੜ ਕੇ ਸਿਖਾਇਆ, ਜਦਕਿ ਉਹਦੀ ਸਪੋਰਟ ਸਿਰਫ ਮੈਂ ਕਰਦਾ ਸੀਗਾ, ਕਿਸੇ ਸਕੂਲ ਨੇ ਸਪੋਰਟ ਨਹੀਂ ਕੀਤੀ, ਠੀਕ ਹੈ। ਕਿਉਂਕਿ ਚੱਕਰ ਇਹ ਹੁੰਦਾ ਵੀ ਜਦੋਂ ਤੁਸੀਂ ਕਰਦੇ ਆ ਤਾਂ ਤੁਹਾਨੂੰ ਪਤਾ ਹੁੰਦਾ ਵੀ ਜਦੋਂ ਵਿੱਚ ਰਹਿੰਦੇ ਆ, ਕਿਉਂਕਿ ਕੁੜੀਆਂ ਜਿਹੜੀਆਂ ਤਕਰੀਬਨ ਗਰੀਬ ਘਰ ਦੀਆਂ ਸੀ ਮੇਰੇ ਕੋਲ, SCBC ਸਾਰੀਆਂ, ਜਿਹੜੀਆਂ ਮਤਲਬ ਆਪਣੇ ਜੱਟ ਸੈਕਸ ਸੀਗੀਆਂ ਕੁੜੀਆਂ, ਉਹ ਮਿਡਲ ਕਲਾਸ ਸੀਗੀਆਂ, ਮੰਨ ਕੇ ਚੱਲੋ। ਹੁਣ ਮੈਂ ਰੈਗੂਲਰ ਨਹੀਂ ਗਿਆ ਮਤਲਬ ਡਿਪਾਰਟਮੈਂਟ 'ਚ, ਅਤੇ ਮੇਰੀ ਮੰਨ ਕੇ ਚੱਲੋ 15,000 ਰੁਪਈਆ ਤਨਖਾਹ ਵੀ ਆਉਂਦੀ ਹੈ ਨਾ, ਅਤੇ ਉਹ 'ਚੋਂ 4,000 ਕੁੜੀਆਂ 'ਤੇ ਜਾਂਦਾ ਸੀ ਮੇਰਾ, ਕਿਸੇ ਦੀ ਸਾਈਕਲ ਦੀ ਟਿਊਬ ਪਾਟ ਗਈ, ਕਿਸੇ ਕੋਲ ਬੁੱਕਸ ਹੈ ਨਹੀਂ, ਕਿਸੇ ਕੋਲ ਵਰਦੀ ਹੈ ਨਹੀਂ, ਕਿਸੇ ਕੋਲ ਬੂਟ ਹੈ ਨਹੀਂ ਗੇ, ਪਰ ਸਪੋਰਟ ਨਹੀਂ ਕਰਦਾ ਕੋਈ। ਪੇਰੈਂਟਸ ਜੇ ਮੰਨ ਲਿਆ ਕਿ ਪੇਰੈਂਟਸ ਸਪੋਰਟ ਕਰਦਾ ਆ, ਤਾਂ ਸਕੂਲ ਵਾਲੇ ਨਹੀਂ ਸਪੋਰਟ ਕਰਦੇ, ਸਕੂਲ ਵਾਲੇ ਨੂੰ ਕਹਿੰਦੇ ਕੋਚ ਖਰਾਬ ਕਰਦਾ ਕੁੜੀਆਂ ਨੂੰ, ਇਹ ਕਰਦਾ ਵੋ ਕਰਦਾ। ਮੈਂ ਇਹ ਕਹਿੰਦਾ ਵੀ ਤੁਸੀਂ ਆਪਣੀਆਂ ਭੈਣਾਂ ਨੂੰ ਜਾਂ ਬੱਚੀਆਂ ਨੂੰ ਉਹਨਾਂ ਨੂੰ ਸਪੋਰਟ ਕਰੋ, ਮੈਂ ਨਹੀਂ ਕਹਿੰਦਾ ਫੁੱਟਬਾਲ ਹੀ ਖਿਲਾਓ, ਕੋਈ ਵੀ ਗੇਮ, ਬੋਇਜ਼ ਅਤੇ ਗਰਲਸ ਨੂੰ ਇੱਕ ਮੰਨ ਕੇ, ਹਾਂ ਇੱਕ ਮੰਨ ਕੇ ਚੱਲੋ। ਸਰ ਤੁਸੀਂ ਮੁੰਡਿਆਂ ਦੀ ਲੈਵਲ ਆਪਾਂ ਕਰ ਰਹੇ, ਮੁੰਡਾ ਖੇਡਦਾ ਜੀ, ਇਹ ਖੇਡ, ਹੁਣ ਮੇਰੇ 2 ਬੱਚੀਆਂ ਵਾ, ਠੀਕ ਆ, ਜੇ ਲੋਕ ਇਹ ਕਹਿਣਗੇ ਵੀ ਪਤਾ ਨਹੀਂ ਇਹ ਬੈਠਾ ਬੋਲ ਰਿਹਾ ਹੈ, ਠੀਕ ਹੈ, ਮੇਰੇ 2 ਬੇਟੀਆਂ, ਜੇ ਕੱਲ੍ਹ ਨੂੰ ਕਹਿਣਗੇ ਪਾਪਾ ਜੀ ਖੇਡਣਾ ਵੀ ਖੇਡੋ, ਉਹਨਾਂ ਉਹ ਅਸਲ ਲਾਈਫ, ਉਹ ਵੀ ਇਨਸਾਨ ਆ ਨਾ, ਉਹ ਦੁਨੀਆਂ 'ਤੇ ਆਏ ਆ, ਉਹਨਾਂ ਨੂੰ ਕਰਨ ਦਾ ਮੌਕਾ ਦਿਉ। ਜੇ ਤੁਸੀਂ ਨਹੀਂ ਦਿਉਂਗੇ, ਉਹ ਕੀ ਸੋਚਣਾ, ਇਹ ਥੋੜ੍ਹੀ ਹੁੰਦਾ ਵੀ ਉਹਨਾਂ ਦਾ ਵਿਆਹ ਕਰ ਦਿਉ, ਬੱਚੇ ਪੈਦਾ ਹੋ ਗਏ, ਬੱਚੇ ਸਾਂਭ, ਚਲੋ ਇਹ ਥੋੜ੍ਹੀ ਕਰਨਾ ਹੀ ਆ, ਠੀਕ ਆ ਨਾ, ਉਹਨਾਂ ਨੂੰ ਮੌਕਾ ਦਿਉ ਵੀ ਹਾਂ ਜਾਓ ਅੱਗੇ ਕਰੋ, ਜਦ ਕੇ ਕੁੜੀਆਂ ਜ਼ਿਆਦਾ ਟੈਲੈਂਟ ਆ। ਮੈਂ ਜਦੋਂ ਮੈਂ ਸ਼ੁਰੂ ਕੀਤਾ ਨਾ, ਮੇਰੇ ਕੋਲ 50 ਕੁੜੀਆਂ ਸੀਗੀਆਂ, 50 'ਚੋਂ 15 ਕੁੜੀਆਂ ਕੱਢੀਆਂ ਮੈਂ ਟੈਲੈਂਟ, ਹੁਣ ਵੀ ਮੈਂ ਕਹਿੰਦਾ 6ਵੀਂ ਤੋਂ ਲੈ ਕੇ +2 ਤੱਕ ਸਕੂਲ ਆ ਕੋਕਰੀ ਕੁੜੀਆਂ ਦਾ, ਅਤੇ ਜਿੰਨਾ ਮਰਜ਼ੀ ਟੈਲੈਂਟ ਕੱਢ ਲਓ 'ਚ, ਉਹਨੇ ਮੁੰਡੇ ਸਿੰਸੀਅਰ ਨਹੀਂ ਜਿੰਨੇ ਕੁੜੀਆਂ ਹੁੰਦੀਆਂ। ਪਰ ਆਪਣੇ ਲੋਕ ਇਹ ਲੋਕਾਂ ਦੀ ਉਹੀ ਪੇਂਡੂ ਸੋਚ ਪੁਰਾਣੀ ਹੈ, ਕੁੜੀ ਖਰਾਬ ਹੋ ਜੂਗੀ, ਇਹ ਹੋ ਜੂ ਫਲਾਣਾ, ਉਹ ਆਪਣੇ 'ਤੇ ਡਿਪੈਂਡ ਆ। ਜਦੋਂ ਹੁਣ ਤੁਸੀਂ ਟ੍ਰੇਨਿੰਗ ਕਰਦੇ, ਜਦੋਂ ਮੁੰਡੇ ਆ ਕੇ ਕੰਨ 'ਤੇ ਬਹਿਣਗੇ ਫਿਰ ਕੀ ਕਰੋ ਦੱਸ ਬੰਦਾ, ਇਹ ਤਾਂ ਹੁਣ ਆਪਣੀ ਸੋਚ ਸਹੀ ਕਰਨੀ ਪੈਣੀ, ਜਿਹੜੇ ਦਿਮਾਗ 'ਚ ਨਾ ਕੂੜਾ ਭਰਿਆ ਉਹ ਕੱਢਣਾ ਪੈਣਾ ਬਾਈ। ਪਰ ਸਪੋਰਟ ਜ਼ਰੂਰ ਕਰੋ, ਇੱਕ ਇੰਨੀ ਗੱਲ ਆ ਮੈਂ ਹਰ ਇੱਕ ਨੂੰ ਕਹਿੰਦਾ, ਵੀਰ ਬਣ ਕੇ ਕੋਈ ਵੀ ਆ, ਚਾਹੇ ਉਹ ਪੇਰੈਂਟਸ ਆ, ਚਾਹੇ ਉਹ ਬ੍ਰਦਰ ਆ ਕਿਸੇ ਦਾ, ਉਹਨਾਂ ਨੂੰ ਅੱਗੇ ਲਿਆਓ, ਟੈਲੈਂਟ ਇੰਨਾ ਨਾ ਪੰਜਾਬ 'ਚ ਪਿਆ ਕੁੜੀਆਂ ਦਾ ਬਹੁਤ ਆ, ਬਾਕੀ ਬਾਈ ਮਰਜ਼ੀ ਆ ਤੁਹਾਡੀ। ਸੋ ਅੱਜ ਹੈਪੀ ਵੀਰੇ ਨਾਲ ਆਪਾਂ ਗੱਲ ਕੀਤੀ, ਅਤੇ ਇਹਨਾਂ ਨੇ ਆਪਾਂ ਨੂੰ ਇੱਕ ਜਾਂਦੇ ਜਾਂਦੇ ਬਹੁਤ ਵਧੀਆ ਮੈਸੇਜ ਇਹਨਾਂ ਨੇ ਆਪਾਂ ਨੂੰ ਦਿੱਤਾ, ਅਤੇ ਮੈਸੇਜ 'ਤੇ ਸਾਰੇ ਵੀਰ ਜਿੰਨੇ ਆਪਣੀ ਇਹ ਵੀਡੀਓ ਨੂੰ ਦੇਖਣਗੇ ਤਾਂ ਜ਼ਰੂਰ ਗੌਰ ਕਰਿਓ, ਅਤੇ ਉਹਨਾਂ ਦੇ ਇਹ ਮੈਸੇਜ ਨੂੰ ਜਾਣੀ ਕਿ ਵੀਡੀਓ ਨੂੰ ਅਤੇ ਮੈਸੇਜ ਨੂੰ ਵੀ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਵਾ, ਅਤੇ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਵੀ ਉਹਨਾਂ ਤੱਕ ਇਹ ਮੈਸੇਜ ਪਹੁੰਚ ਸਕੇ। ਸੋ ਵੀਰੇ ਆਪਾਂ ਇੱਦਾਂ ਹੀ ਨੈਕਸਟ ਇੰਟਰਵਿਊ ਆਪਾਂ ਹੋਰ ਇੰਟਰਵਿਊਜ਼ ਕਰਦੇ ਰਹਾਂਗੇ, ਇਹ ਆਪਣੀ ਸੀਗੀ ਜੀ 4th ਇੰਟਰਵਿਊ, ਅਤੇ ਆਪਾਂ ਮਿਲਦੇ ਹਾਂ ਜੀ ਅਗਲੀ ਇੰਟਰਵਿਊ ਦੇ ਵਿੱਚ, ਅਤੇ ਤੁਸੀਂ ਸਾਨੂੰ ਆਪਣਾ ਫੇਵਰੇਟ ਪਲੇਅਰ ਜਿਹਦੀ ਕਿ ਤੁਸੀਂ ਅਗਲੀ ਇੰਟਰਵਿਊ ਦੇਖਣਾ ਚਾਹੁੰਦੇ ਹੋ, ਫੇਵਰੇਟ ਕੋਚ ਹੋਵੇ, ਫੇਵਰੇਟ ਪਲੇਅਰ ਹੋਵੇ, ਜਾਂ ਕੋਈ ਫੁੱਟਬਾਲ ਨੂੰ ਪ੍ਰਮੋਟ ਕਰ ਰਿਹਾ ਹੋਵੇ, ਅਤੇ ਉਹਦੇ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਣਾ ਹੈ। ਇੱਕ ਮੈਂ ਸਾਰੇ ਵੀਰਾਂ ਨੂੰ ਰਿਕੁਐਸਟ ਕਰਦਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਆਪਾਂ ਨੂੰ ਤੁਸੀਂ ਇੰਸਟਾਗ੍ਰਾਮ 'ਤੇ ਜਾ ਕੇ ਫੋਲੋ ਕਰ ਸਕਦੇ ਹੋ, ਅਤੇ ਤੁਸੀਂ ਸਾਨੂੰ ਉਹ ਵੀ ਜੇ ਕੋਈ ਹਰ ਇੱਕ ਪਲੇਅਰ ਕੋਲ ਨਿਊ ਆਈਡੀਆ ਹੁੰਦਾ ਹੈ ਤਾਂ ਤੁਸੀਂ ਸਾਨੂੰ ਉੱਥੇ ਜਾ ਕੇ ਦੱਸ ਸਕਦੇ ਹੋ ਵੀ ਅਸੀਂ ਆਉਣ ਵਾਲੇ ਵੀ ਫੁੱਟਬਾਲ ਲਈ ਹੋਰ ਕੀ ਕਰ ਸਕਦੇ ਹਾਂ ਆਪਾਂ ਚੱਕਣ ਲਈ, ਅਸੀਂ ਉਹ ਕਦਮ ਜ਼ਰੂਰ ਚੱਕਾਂਗੇ। ਅਤੇ ਇਸੇ ਤਰ੍ਹਾਂ ਹੀ ਮਿਲਦੇ ਹਾਂ ਆਪਾਂ ਅਗਲੀ ਇੰਟਰਵਿਊ ਦੇ ਵਿੱਚ, ਧੰਨਵਾਦ।